ਇਦਾਂ ਦੀ ਤੇ ਇੱਥੋਂ ਹੀ ਹੁੰਦੀ। ਪਹਿਲਿਆ ਟਾਈਮਾਂ ਚ ਕੰਡਾ ਕੱਢ ਦੇਣਾ ਸੀ, ਜੇ ਪਹਿਲਾਂ ਅਰਗੇ ਹੁੰਦੇ ਗੱਡੀ ਝਾੜ ਦੇਣਾ ਸੀ। ਆਏ ਆਟਾ ਦੂਸਰਾ ਬੰਦਾ ਅਭੀ ਨਹੀਂ ਅਭੀ ਤੇ ਹੈ ਪ੍ਰਭ ਜੀ, ਅਸੀਂ ਪੱਗਾਂ ਬੰਨ ਲਈਆਂ ਨੇ। ਵੇਖੋ ਹੁਸਨ ਲਿਸ਼ਕ ਗਿਆ, ਇਹ ਹਜੇ ਤੱਕ ਤਿਆਰ ਨਹੀਂ ਆਇਆ ਤੇ ਅਭੀ ਨਹਾ ਕੇ ਨਹੀਂ ਆਇਆ। ਅਭੀ ਇੱਕ ਮਿੰਟ ਡਰ ਜਾਂਦੇ ਅਭੀ ਅਭੀ ਭਾਈ ਦਰਵਾਜ਼ਾ ਤਾਂ ਬੰਦ ਕਰ ਕੀ ਪੌਣੀ ਕਰਾਵਾਂ ਪੌਣੀ ਤੇ ਮੈਂ ਤੈਨੂੰ ਕਰਾ ਕੇ ਦਿੰਦਾ। ਮੇਰੀ ਗੱਲ ਸੁਣਨਾ, ਤੁਹਾਡਾ ਐਡਾ ਤਗੜਾ ਸੈਨੇਟਰੀ ਦਾ ਸ਼ੋਰੂਮ ਹੈ, ਤੁਹਾਡੇ ਕੋਲ ਇੱਕ ਪਾਣੀ ਨਹੀਂ ਸਾਂਭਿਆ ਗਿਆ? ਅਸੀਂ ਪਲੰਬਰਾਂ ਦੇ ਬੱਚੇ ਨਹੀਂ ਨਾ, ਸਾਡਾ ਸ਼ੋਰੂਮ ਹੈ, ਤੁਸੀਂ ਇਹ ਵੀ ਗੱਲ ਬੋਲਤੀ। ਇਹਦਾ ਕੰਮ ਪਤਾ ਕੀ ਹੋਇਆ, ਇਹ ਗਰਮ ਪਾਣੀ ਆਈ ਜਾਏ, ਮੈਨੂੰ ਕਹਿੰਦਾ ਭਾਜੀ ਤੁਸੀਂ ਕਿੱਦਾਂ ਨਹਾਤੇ ਹੋ ਤੇ ਪਾਣੀ ਗਰਮ ਆਈ ਜਾਂਦਾ? ਫਿਰ ਮੈਨੂੰ ਸਮਝਾ, ਇਹਨੂੰ ਪੁੱਛੋ ਮੈਂ ਥੋੜੀ ਕੁਛ ਕੀਤਾ। ਹਾਂ ਨਹਾ ਕੇ ਤੇ ਮੈਂ ਹੀ ਆਇਆ ਸੀ। ਨਹੀਂ ਇਹਨੂੰ ਪੁੱਛੋ ਨਾ, ਮੈਨੂੰ ਨਾ ਪੁੱਛੋ, ਤੂੰ ਜਿਹੜਾ ਭੈਣ ਦਿਆ ਯਾਰ, ਰੇਸ਼ ਦਾ ਬੱਚਾ ਲੱਗਣ ਡਿਆ ਨਾ ਵਾਲਾਂ ਨੂੰ, ਤੁਸੀਂ ਉਹ ਛੱਡੋ ਤੇ ਪਾਕਿਸਤਾਨੀ ਸ਼ਰਟ ਥੱਲੇ ਤੁਸੀਂ ਗੱਡੀਆਂ ਦੇਖ ਲਓ ਨਿੱਕੀਆਂ ਨਿੱਕੀਆਂ ਲੱਗੀਆਂ। ਮੈਂ ਰਾਤੀ ਗੱਡੀ ਆਹ ਰਸਤਿਓਂ ਲੈ ਕੇ ਆਇਆ, ਦਿਸ ਵੇ ਮੇਰਾ ਸਾਹ ਤਾਂ ਚੜ ਗਿਆ। ਰਾਤੀ ਅਸੀਂ ਸ਼ੂਟ ਕਰਕੇ ਸੁੱਤੇ ਸੀਗੇ ਤੇ ਕਾਫੀ ਮਜ਼ੇਦਾਰ ਸ਼ੂਟ ਹੋਇਆ ਸੀ। ਓ ਮਾਈ ਗੋਡ, ਪੱਗ ਲਾਲ ਬੰਨੀ ਹੈ ਤੁਸੀਂ ਅੱਜ? ਲਾਲ ਪਰੀ ਬੰਨਣਾ, ਦੇਖੋ ਕੋਈ ਸਾਂਡ ਨਾ ਪਿੱਛੇ ਪੈ ਜਾਏ ਭਾਈ। ਮੈਂ ਸੁਣਿਆ ਤੇ ਬਾਂਦਰ ਬੜੇ ਟਪੂਸੀ ਮਾਰਦੇ ਆ। ਬਾਂਦਰ ਏਅਰਪੋਰਟ ਨਾ ਕੋਲ ਲੈਣ? ਨਹੀਂ ਏਅਰਪੋਰਟ ਭਾਈ ਅਸੀਂ ਅੰਦਰ ਲਗਾ ਕੇ ਰੱਖਣੇ। ਅਭੀ ਤੂੰ ਆਪਣੇ ਆਪ ਨੂੰ ਵੀ ਦਿਖਾਣਾ ਹੁੰਦਾ, ਤੂੰ ਸੈਕਸੀ ਹੋ ਗਿਆ ਹੈ। ਨਹੀਂ ਨਹੀਂ ਬਸ ਇੱਕ ਸ਼ਰਟ ਪਾ ਲਵਾਂ, ਉਸ ਤੋਂ ਬਾਅਦ ਹੋਰ ਸੈਕਸੀ ਲੱਗੂਗਾ। ਜੋਕਸ ਅਪਾਰਟ ਗਾਈਸ, ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਆਊਟਫਿਟ ਕਿੱਦਾਂ ਦਾ ਅੱਜ। ਤੁਸੀਂ ਹੁਣ ਜ਼ਰੂਰ ਦੱਸਣਾ ਅੱਜ ਕਿ ਆਊਟਫਿਟ ਕਿੱਦਾਂ ਦਾ। ਇਹਦੇ ਨਾਲ ਆਪਾਂ ਪਾਵਾਂਗੇ ਨਵੇਂ ਸ਼ੂਜ਼ ਜਿਹੜੇ ਆਪਾਂ ਨੂੰ ਮਿਲੇ ਨੇ, ਉਹ ਵਾਲੇ ਫਰੋਮ ਲੌਂਗ ਸਟੋਰੀ ਵੱਲੋਂ ਜਿਹੜੇ ਸ਼ੂਜ਼ ਆਏ ਸੀ ਆਪਾਂ ਨੂੰ, ਅਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਅੱਜ ਪੱਗ ਵੀ ਐਂ ਲੋਟ ਆ ਗਈ ਹੈ ਅਤੇ ਓਕੇ ਰਿਪੋਰਟ ਕੰਮ ਹੋ ਗਿਆ। ਇਹ ਪਹਿਲਾ ਐਸਾ ਬੰਦਾ ਜਿਹੜਾ ਨਹਾਉਣ ਤੋਂ ਬਾਅਦ ਫੇਸ ਵਾਸ਼ ਕਰਦਾ ਹੈ ਭਾਜੀ। ਸਹੀ ਗੱਲ, ਉਤੋਂ ਵੀ ਬਲੈਕ ਵਾਲਾ। ਮੈਨੂੰ ਲੱਗਾ, ਮੈਨੂੰ ਪਤਾ ਕੀ ਲੱਗਾ ਪ੍ਰਭ, ਮੈਨੂੰ ਲੱਗਾ ਪੀ ਲਓ ਫੇਸ ਮਾਸਕ, ਚਾਰਕੋਲ ਨੇ ਇਹਦੇ ਵਿੱਚ। ਰਾਤੀ ਕਿਤੇ ਹੋਰ ਤਾਂ ਨੀ ਵਰਤ ਲੈ? ਜੰਮ ਗਿਆ ਸੀ ਉਹ, ਜੰਮ ਗਿਆ ਸੀ ਬਾਬਾ। ਰਾਤੀ ਕਿਤੇ ਹੋਰ ਨੀ ਬਾਬਾ? ਬਾਬਾ ਵੇ ਠੰਡ ਇੰਨੀ ਹੈ, ਪ੍ਰਭ ਦਿਖਾਈ ਤੇਲ ਦਿਖਾਈ ਗਾਈ, ਦੇਖਿਆ ਜਾਏ ਇੰਨੀ ਠੰਡ ਹੈ ਕਿ ਤੇਲ ਬਾਹਰ ਆ ਕੇ ਉਹਦੇ ਚੋਂ ਕੀ ਕਹਿੰਦੇ ਇਹਨੂੰ ਬਾਬਾ, ਸ਼ੀਸ਼ੀ ਚੋਂ ਬਾਹਰ ਆ ਕੇ ਜੰਮ ਗਿਆ। ਕਿਉਂਕਿ ਟਾਈਮ ਆਲਰੇਡੀ 12:30 ਵੱਜ ਚੁੱਕੇ ਨੇ ਤੇ ਮੈਂ ਉਹਨੂੰ ਸਮਝਾਵਾਂ ਕਿ ਵੀਰੇ ਪੱਗਾਂ ਸਜਾਉਣ ਦੇ ਟਾਈਮ ਲੱਗਦਾ, ਥੋੜਾ ਟਾਈਮ ਦਿਓ। ਵੀਰਾ ਸਮਝ ਗਿਆ ਬਾਈ, ਬਸ ਛੇਤੀ ਬਣਨਾ ਹੈ। ਹਾਂ ਅਸੀਂ 2 ਮਿੰਟ ਥੱਲੇ ਜਾ ਰਹੇ ਹਾਂ, ਬਿਕੋਜ਼ ਜਿਹੜੇ ਕੱਲ੍ਹ ਸ਼ੂਜ਼ ਪਾਉਣੇ, ਜਿਹੜੇ ਮਤਲਬ ਇਹਨਾਂ ਪਾਉਣੇ ਸ਼ੂਜ਼, ਉਹ ਕੱਲ੍ਹ ਗੱਡੀ 'ਚ ਰਹਿਣ 'ਤੇ ਸੀ, ਮੈਂ ਉੱਪਰ ਲੈ ਕੇ ਆਉਣਾ ਭੁੱਲ ਗਿਆ ਸੀਗਾ। ਬਾਕੀ ਗੱਲਾਂ ਛੱਡੋ, ਗਾਈਜ਼ ਆਹ ਵਿਊ ਦੇਖੋ ਪਿੱਛੇ, ਕਿਆ ਬਾਤ ਹੈ, ਬਹੁਤ ਸੋਹਣਾ ਵਿਊ। ਇੱਥੇ ਸ਼ੂਟ ਕਰਾਂਗੇ ਅਸੀਂ, ਹੈ ਨਾ? ਇੱਥੇ ਸ਼ੂਟ ਕਰਦੇ ਹਾਂ ਬਹਿ ਕੇ, ਅਤੇ ਉਹ ਗੱਡੀ 'ਚ ਰਹਿ ਗਏ ਸ਼ੂਜ਼, ਸੋ ਗੱਡੀ 'ਚ ਲੈ ਕੇ ਆਈਏ, ਤਿਆਰ ਪੂਰੇ ਹੋ ਗਏ ਹਾਂ ਬਸ। ਪ੍ਰਭ ਵੀਰਾ ਸਾਡਾ ਪੱਗ ਬੰਨ ਰਿਹਾ, ਬਾਕੀ ਕੰਮ ਸਾਰਾ ਰੈਡੀ ਹੈ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਭਾਜੀ, ਮੰਨੋ ਨਾ ਮੰਨੋ ਗਾਈਜ਼। ਮੈਂ ਅਗੇਨ ਆਮ ਸਿੰਘ, ਇੱਥੇ ਫੋਟੋਜ਼ ਬਹੁਤ ਕਲਾਸਿਕ ਆਉਣੀਆਂ। ਵਾਦੀਓ ਮੈਂ ਬਟਾਲੇ ਵਾਲਾ, ਲੁਧਿਆਣੇ ਵਾਲਾ ਐਂਡ ਫਗਵਾੜੇ ਵਾਲਾ, ਚੀਲਿੰਗ ਮੈਨ ਚੀਲਿੰਗ। ਬਸ ਇੱਕ ਹੋਟਲ 'ਚ ਗੱਲ ਇਹ ਮਾੜੀ ਹੈ ਕਿ ਇਹਨਾਂ ਦੀ ਲਿਫਟ ਨਹੀਂ ਹਜੇ ਚੱਲ ਰਹੀ। ਭਾਜੀ ਲਿਫਟ ਚੱਲਣੀ ਸੀ ਹੁਣੇ। ਓ ਮਾਈ ਗੋਡ, ਥੈਂਕਸ ਬ੍ਰੋ, ਥੈਂਕਸ। ਤੂੰ ਤਾਂ ਮੈਨੂੰ ਉੱਦਾਂ ਸਾਂਭਿਆ ਜਿਵੇਂ ਬਾਲੀਵੁੱਡ ਮੂਵੀ 'ਚ ਕੋਈ ਕੁੜੀ ਟਿੱਕਾ ਲੱਗਦੀ ਹੁੰਦੀ ਤੇ ਮੁੰਡਾ ਐਵੇਂ ਕਰਕੇ ਕਮਰ ਤੋਂ ਫੜ ਨਹੀਂ ਲੈਂਦਾ। ਵਾਟ ਅ ਸੀਨ ਮੈਨ, ਆਪਾਂ ਭਰਾਵਾਂ ਨੂੰ ਸੰਭਾਲ ਲੈਂਦੇ ਹਾਂ, ਭਰਾ ਤਾਂ ਸੰਭਾਲ ਲੈਂਦੇ ਨੇ, ਪਰ ਭਾਜੀ ਸੌਂ ਲੱਗੇ ਹੋਇਆ ਕੰਮ ਫਿਰ ਵੀ ਸੀ। ਓ ਮਾਈ ਗੋਡ, ਕਿੱਡਾ ਸੋਹਣਾ ਹੋਟਲ ਆ ਹੋਇਆ। ਜੇ ਕਿਤੇ ਮੈਂ ਹੁਣੇ ਤਿਲਕ ਜਾਂਦਾ ਨਾ, ਮੇਰੇ ਇੱਥੇ ਬਚਣੀ ਸੀ।
ਜਿਹੜੀ ਇੱਕ ਚੀਜ਼ ਰਹਿ ਗਈ ਸੀ ਨਾ ਲੈਟ ਮੀ ਸ਼ੋ ਯੂ, ਪਰ ਪਹਿਲਾਂ ਮੈਂ ਟਾਇਰ ਚੈੱਕ ਕਰਾਂ ਕਿਉਂਕਿ ਇਹ 'ਚ ਮੈਨੂੰ ਕੱਲ੍ਹ ਵੀ ਹਵਾ ਘੱਟ ਲੱਗ ਜਾਵੇ, ਅਭੀ ਹਵਾ ਘੱਟ ਹਨ, ਇਹ 'ਚ ਹਵਾ ਭਰਾਉਣੀ ਹੈ, ਯਾਦ ਰੱਖੀ। ਠੀਕ ਹੈ, ਇਹ ਖਜ਼ਾਨਾ ਹੈ ਆਪਣਾ ਜਿਹਦੇ ਕਰਕੇ ਥੱਲੇ ਆਏ ਹਾਂ, ਅਤੇ ਰਾਤੀ ਅਸੀਂ ਕਾਹਲੀ ਕਾਹਲੀ 'ਚ ਇਹ ਵੀ ਤੋੜ ਬੈਠੇ। ਆਉਣਾ ਨਾ, ਅੱਛਾ ਆਉਣੀ ਆਉਣੀ ਹੈ, ਆਉਣੀ ਹੈ। हम आपको लेके जा रहे हैं उसी सीढ़ियों में से जिसमें से हमारी टुई भजती भजती बची है। आइए तो ध्यान से चढ़िए दोस्तों, ऐसे। ओह माय गॉड, व्हाट अ ब्यूटीफुल डे इन दिस होटल। ये हम एंटर हुए हैं और कुछ ये गंदी प्लेटें भी कहीं ना रखी, इसको इग्नोर कीजिएगा। आइए दोस्तों, आइए, अब हम कहाँ लेके जाते हैं? हमारे रूम में। आइए, वहां है हमारे प्रभ सिंह तुली। देख रहे हो नवे बूट? और अब हाउ इज दिस मैन? दिस इज सो सो व्हाट है, क्लासी क्लासी ना। दिस लुक्स नाइस गाइस, थैंक यू भाई, थैंक यू स्टोरी मॉन्ग फॉर सेंडिंग दीज अमेजिंग शूज, थैंक यू सो मच, आई एम इन लव विद दीज शूज। एंड हमारे शर्मा जी खड़े हैं हमारे पास के जल्दी निकल जाओ हाडे होटलों, ਤੁਸੀਂ ਬਹੁਤ ਟਾਈਮ ਲਾਤਾ ਸ਼ਰਮਾ ਜੀ, ਮਾਫੀ ਚਾਹੁੰਦੇ ਹਾਂ। ਨਹੀਂ ਸ਼ਰਮਾ ਜੀ ਅੰਦਰੋਂ ਪਤਾ ਕਹਿ ਰਹੇ ਨੇ, ਜਾਂਦੇ ਨੀ ਭਾਈ ਮੁੰਡੇ? ਨਹੀਂ ਨਹੀਂ ਬੋਲੇ ਤਾਂ ਮੈਂ ਸੋਚ ਵੀ ਨਹੀਂ ਰਿਹਾ। ਕੀ ਬਾਤ ਹੈ, ਅਭੀ ਆ ਕਿੱਦਾਂ ਦਾ ਵਿਊ ਵਿਖਾਉਂਦੇ ਹਾਂ, ਯੂ ਆਰ ਮਾਈ ਬੈਸਟ ਵਿਊ ਦੇ ਲੱਗਦੇ ਆ ਭਾਜੀ, ਓਕੇ ਲੱਗ ਰਹੇ ਹਾਂ ਅਸੀਂ ਤੇ ਨਿਕਲੀਏ। ਮੈਂ ਤਾਂ ਆਪਣਾ ਬੈਗ ਪੈਕ ਕਰਦਾ, ਦੇਖੋ ਤੁਸੀਂ ਕਰ ਲਓ ਬਸ, ਆਪਣਾ ਮੇਰਾ ਹੋ ਗਿਆ ਭਾਜੀ। ਹੁਣ ਤੁਸੀਂ ਆ ਝੋਲੇ ਚ ਕੀ ਪਾਉਣ ਲੱਗੇ ਹੋ ਭਾਜੀ? ਮੈਨੂੰ ਆਇਲ ਲਿਕਰ ਪਰ ਆ, ਇਹਨਾਂ ਦੇ ਸਬਜ਼ੀ ਲੈ ਜੀ ਕੋਈ ਸਮਾਨ। ਨਹੀਂ ਨਹੀਂ, ਬਾਹਰ ਰੂਮ ਚ ਬੈ ਕੇ ਵੀ ਲੈ ਲੈਣੇ ਸੀ ਦੋ। ਨਹੀਂ ਭਾਜੀ ਲੈਣੇ, ਉੱਥੇ ਤੁਹਾਨੂੰ ਚੈੱਕ ਆਊਟ ਕਰਾ ਕੇ ਨਾ, ਆ ਚੈੱਕ ਆਊਟ ਕਰਕੇ ਫਿਰ ਆਪਾਂ ਜਦ ਮੈਂ ਦਿਖਾਇਆ ਇਹਨਾਂ ਨੂੰ ਲੌਂਜ, ਉੱਥੇ ਸ਼ੂਟ ਕਰਕੇ ਜਾਣਾ। ਉਹ ਵਧੀਆ ਹੈਗਾ ਭਾਈ, ਆ ਮੇਰਾ ਹੈ ਕੀ ਆ, ਸਮੈਲ ਸੰਘਾ, ਸਮੈਲ ਸੰਘਾ ਦਾ, ਇਦਾਂ ਦੀ ਤੇਰੇ ਚੋਂ ਹੀ ਹੁੰਦੀ। ਐਕਚੁਅਲ ਮੇਰਾ ਨੱਕ ਤਿੱਖਾ, ਮੈਂ ਤਾਂ ਕਰਕੇ ਦੱਸਿਆ। ਸ਼ਰਮਾ ਜੀ ਤੁਹਾਨੂੰ ਅਸੀਂ ਇੰਨਾ ਕਸ਼ਟ ਦੇਣੇ ਹੋ ਵੀ ਮਾਫੀ ਹੈ, ਮੇਰਾ ਬੈਗ ਇਹਨਾਂ 'ਚ ਖੜੋ ਫਿਰ, ਮੈਂ ਅਜੇ ਆ ਚੁੱਕਾ ਆਪਣਾ। ਆਲ ਰਾਈਟ, ਤੁਹਾਡੇ ਵਾਲਾ ਬਾਰੀ ਨਹੀਂ, ਮੇਰੇ ਵਾਲਾ ਨਹੀਂ, ਬਾਹਰ ਮੇਰੇ ਵਾਲਾ ਪਿੱਛੇ ਜੇ ਹੋਲ। ਤੁਸੀਂ ਇੱਕ ਮਿੰਟ ਕੈਮਰੇ ਸਕਰੀਨ ਨੂੰ ਟਿਲਟ ਕਰੋ, ਬਣਾ ਥੱਲੇ ਪ੍ਰੈਸ ਕਰੋ। ਇਹ ਦੇਖੋ ਬੈਗ ਪੈਕ ਹੋਇਆ, ਬੈਗ ਸੂਟ ਬਾਹਰ ਹੀ ਰਹਿ ਗਿਆ, ਇਹ ਬਾਹਰ ਹੀ ਰੱਖਣਾ ਆ ਵੀਰੇ। ਹੁਣ ਤੂੰ ਕਵਰ ਅਪ ਕਰ ਲੈ, ਕੋਈ ਨਹੀਂ ਕੋਈ, ਬਾਕੀ ਸਭ ਤਾਂ ਠੀਕ ਆ। ਪਰ ਅੱਬ ਆ ਮੇਰੇ ਬੂਟਾਂ 'ਤੇ ਪੈਰ ਤੂੰ ਰੱਖ ਕੇ ਗਿਆ ਵਾ, ਹੋ ਗਏ ਗੰਦੇ ਭਾਜੀ, ਇਹ ਵੇਖੋ ਕਿਹਨੇ ਕਰਤੇ ਗੰਦੇ ਯਾਰ, ਸੁੱਟੋ ਦੋ ਗੰਦੇ ਭਾਜੀ, ਗਿੱਲਾ ਕੱਪੜਾ ਲਿਆਓ ਮੈਨੂੰ ਹੈਗਾ। ਚਲੋ ਜਰਮਸ ਮਰ ਜਾਣਗੇ, ਜਰਮਸ ਵੀ ਨੀ ਮਰੇ ਮੈਨੂੰ ਲੱਗਦਾ, ਤੇ ਇਹ ਜਿਹੜਾ ਲੱਗਾ ਹੋਇਆ ਵੀ ਨੀ ਲੱਥਾ। ਪ੍ਰਭ ਸਾਹਮਣੇ ਲੱਗੇ ਥੋੜੀ ਜੀ ਮਾਰ ਦੇ ਬਸ, ਪ੍ਰਭ ਥੋੜੀ ਜੀ, ਪ੍ਰਭ ਮੇਰੀ ਜੀਪ ਇੰਨੀ ਜ਼ਹਿਰੀਲੀ ਹੈ, ਬੂਟ ਫਟ ਜਾਣਾ। ਪਤਾ ਕੀ ਗੱਲ ਹੈ ਯਾਰ, ਸ਼ਰਮਾ ਸਾਹਿਬ ਤੋਂ, ਮੈਂ ਸ਼ਰਮਾ ਸਾਹਿਬ ਕੋਲ ਮੰਗਣਾ ਕਿ ਕਿਤੇ ਪੈਟਰੋਲ ਪੰਪ ਹੈਗਾ, ਮੈਂ ਉੱਥੋਂ ਹਵਾ ਭਰਾਉਣੀ ਗੱਡੀ। ਪੰਪ ਚਾਹੀਦਾ ਤੁਹਾਨੂੰ? ਪੰਪ ਚਾਹੀਦਾ, ਪੰਪ ਚਾਹੀਦਾ ਦੇ, ਬੜਾ ਘੈਂਟ ਲੱਗਣ ਡਿਆ, ਸੋਹਣਾ ਲੱਗਣ ਡਿਆ ਮੇਰਾ ਭਰਾ, ਤੇ ਤੋਂ ਸੋਹਣਾ ਕੋਈ ਹੈ ਹੀ ਨਹੀਂ। ਹੁਣ ਅਸੀਂ ਚੱਲੇ ਹਾਂ ਗਾਈਜ਼ ਮਾਲ ਰੋਡ, ਕਿਉਂਕਿ ਉੱਥੋਂ ਅਸੀਂ ਥੋੜ੍ਹਾ ਜਿਹਾ ਮਾਲ ਲੈਣਾ, ਕਿਹੜਾ ਸਮਾਨ? ਸਮਾਨ ਹੈ, ਸਮਾਨ ਲੈਣਾ ਹੈ, ਅਤੇ ਨਾਲੇ ਅਸੀਂ ਕਰਨਾ ਬ੍ਰੇਕਫਾਸਟ, ਕਿਉਂਕਿ ਬ੍ਰੇਕਫਾਸਟ ਹੋਇਆ ਨਹੀਂ ਹੋਇਆ, ਅਤੇ ਦੈਟਸ ਵਾਏ ਆਪਾਂ ਥੋੜ੍ਹਾ ਜਿਹਾ ਹੁਣ ਉੱਥੋਂ ਮਾਲ ਰੋਡ ਤੋਂ ਮਾਲ ਰੋਡ ਘੁੰਮ ਕੇ ਬ੍ਰੇਕਫਾਸਟ ਕਰਕੇ ਫਿਰ ਨਿਕਲਾਂਗੇ ਕੁਫਰੀ ਲਈ, ਸਮਝ ਗਏ ਹੋ? ਕੁਫਰੀ ਲਈ ਡਰਾਈਵਰੀ ਦੇਖ ਰਹੇ ਹੋ ਇਸ, ਆਹ ਜਿਹੜਾ ਤੁਸੀਂ ਰਸਤਾ ਦੇਖ ਰਹੇ ਹੋ ਨਾ, ਦੇਖੋ ਆਹ ਥੱਲੇ ਆ ਦੇਖੋ, ਅਤੇ ਰਾਤੀ ਮੈਂ ਰਸਤੇ ਤੋਂ ਉੱਤੇ ਗੱਡੀ ਚੜ੍ਹਾਈ ਹੈ, ਮੈਨੂੰ ਪਤਾ ਮੈਂ ਕਿੱਦਾਂ ਚੜ੍ਹਾਈ ਹੈ, ਬਹੁਤ ਜ਼ਿਆਦਾ ਰਿਸਕੀ ਕੰਮ ਸੀਗਾ, ਬਹੁਤ ਹੀ ਜ਼ਿਆਦਾ ਦੋਨਾਂ ਨਾਲ, ਤਾਂ ਇੰਨਾ ਕੁ ਗਾਈਜ਼, ਇੱਕੋ ਅੱਗੇ ਕੋਈ ਬੰਦਾ ਉੱਧਰੋਂ ਆਉਂਦਾ ਪਿਆ ਸੀਗਾ, ਉਹ ਦੇਖੋ ਅਤੇ ਮੈਂ ਇੱਥੇ ਰੁਕ ਗਿਆ, ਇੱਥੋਂ ਗੱਡੀ ਕਿੱਦਾਂ ਜਾਏਗੀ ਯਾਰ, ਅਕਲ ਹੋਣੀ ਚਾਹੀਦੀ ਹੈ। ਹੁਣ ਉਹਨੂੰ ਪਿੱਛੇ ਕਰਾਊਂਗਾ, ਮੈਂ ਤਾਂ ਪਿੱਛੇ ਜਾ ਨਹੀਂ ਸਕਦਾ, ਪਿੱਛੇ ਦੇਖੋ ਮੈਂ ਕਿੰਨਾ ਉੱਤੋਂ ਉੱਤਰ ਕੇ ਆਇਆ, ਮੈਂ ਨਹੀਂ ਜਾ ਸਕਦਾ। ਵੈਸੇ ਪੰਜਾਬ 'ਚ ਆਪਣੀ ਬੱਲੇ ਬੱਲੇ ਉੱਥੇ ਬੰਦੇ ਭਰ ਦਿੰਦੇ, ਇੱਥੇ ਸੈਲਫ ਸਰਵਿਸ ਹੈ, ਪੂਰੀ ਕੈਨੇਡਾ ਵਾਲੀ ਫੀਲਿੰਗ। ਹੋ ਗਈ, ਉਹਨੇ 'ਚ ਕਿਤੇ ਪੈਂਚਰ ਹੋਣਾ ਵਾ, ਇਹ ਮਿਹਨਤ ਕੀ ਮਜ਼ਦੂਰੀ ਹਾਥ ਹੈ। ਇਹ ਮਾਲ ਰੋਡ ਅਸੀਂ ਗਏ ਨਹੀਂ ਆ, ਕਿਉਂਕਿ ਮੈਂ ਨਾ ਰਸਤੇ 'ਚ ਇੱਕ ਦੁਕਾਨ ਤੋਂ ਘਰਦਿਆਂ ਲਈ ਸੇਬ ਦੀਆਂ ਪੇਟੀਆਂ ਲੈਣੀਆਂ, ਮੋਮ ਡੈਡ ਲਈ,
ਸੋ ਆਪਾਂ ਉਹ ਲੈਣ ਲਈ ਰੁਕੇ ਹਾਂ ਇੱਥੋਂ ਮਿਲ ਗਈਆਂ ਕਿਤੋਂ ਚਲੋ ਬੋਡੀ ਬਿਲਡਰ ਸਾਹਿਬ ਚਲੋ ਮੈਂ ਕੈਮਰਾ ਹੈਂਡਲ ਕਰਦਾ ਚਲੋ ਮਾਲ ਰੋਡ ਦੀ ਪਾਰਕਿੰਗ ਇੱਥੇ ਗੱਡੀ ਹੋ ਗਈ ਹੈ ਪਾਰਕ ਤਿੰਨ ਮੰਜ਼ਿਲੀ ਥੱਲੇ ਲੱਗੀ ਹੈ ਟੈਨਸ਼ਨ ਬਸ ਇਹ ਹੈ ਕਿ ਇਹ ਗੱਡੀ 'ਚੋਂ ਦੁਬਾਰਾ ਆਪਾਂ ਉੱਤੇ ਤੱਕ ਲਿਫਟ ਤੱਕ ਕਿੱਦਾਂ ਸਮਾਨ ਲੈ ਕੇ ਜਾਣਾ ਕਿਉਂਕਿ ਸਾਡਾ ਇੱਕ ਪਲੈਨ ਹੋਰ ਕੈਂਸਲ ਹੋ ਗਿਆ ਜਿੱਦਾਂ ਕਿ ਪਲੈਨ ਤਾਂ ਬਦਲੀ ਜਾਂਦੇ ਨੇ ਉਹ ਪਲੈਨ ਇਹ ਕੈਂਸਲ ਹੋਇਆ ਕਿ ਅੱਜ ਅਸੀਂ ਕੁਫਰੀ ਜਾਣਾ ਸੀ ਬਟ ਅਨਫੋਰਚੁਨੇਟਲੀ ਆਈ ਡੋਂਟ ਥਿੰਕ ਸੋ ਕਿ ਅੱਜ ਕੁਫਰੀ ਜਾਇਆ ਜਾਏਗਾ ਕਿਉਂ ਅਭੀ ਕਿਉਂ ਨਹੀਂ ਜਾਇਆ ਜਾਏਗਾ ਇੱਧਰ ਕਿਉਂ ਨਹੀਂ ਅੱਜ ਕੁਫਰੀ ਜਾਇਆ ਜਾਏਗਾ ਕੁਫਰੀ ਲੇਟ ਹੋ ਜਾਵਾਂਗੇ ਫਿਰ ਹੋ ਜਾਵਾਂਗੇ ਲੇਟ ਲੇਟ ਹੋ ਜਾ ਟਾਈਮ ਕਿੰਨਾ ਚੱਲ ਰਿਹਾ ਇਸ ਵੇਲੇ 3:05 ਹੋ ਗਏ ਨੇ ਤੇ 2 ਘੰਟੇ ਆਪਾਂ ਨੂੰ ਲੱਗ ਜਾਣੇ ਨਾ ਉੱਥੇ ਮਤਲਬ ਵੀ ਘੰਟਾ ਜਾਣ ਡੇਢ ਡੇਢ ਘੰਟਾ ਆਣ ਹਜੇ ਆਪਾਂ ਫਿਰ ਰਾਤ ਹਜੇ ਆਪਾਂ ਮਾਲ ਰੋਡ ਜਾਣਾ ਹੈ ਖਾਣਾ ਵੀ ਹੈ ਥੋੜਾ ਸ਼ੂਟ ਵੀ ਕਰਨਾ ਸੋ ਕੁਫਰੀ ਅੱਜ ਕੈਂਸਲ ਹੀ ਲੱਗ ਰਿਹਾ ਕੈਂਸਲ ਕਰਦੇ ਆ ਫਿਰ ਕੈਂਸਲ ਕਰਦੇ ਆ ਨਾ ਮਤਲਬ ਹਜੇ ਤੱਕ ਲੱਗ ਰਿਹਾ ਕਿ ਕਰ ਦਈਏ ਕਰਨਾ ਹੀ ਪਊਗਾ ਰੱਬ ਸਾਹ ਚੜ ਗਿਆ ਜੀ ਹੁਣ ਪਤਾ ਲੱਗਾ ਮੈਨੂੰ ਕੀ ਪਹਾੜ ਲਾਈਨੀਆਂ ਪਤਾ ਨਹੀਂ ਆ ਕਿਉਂ ਹੁੰਦੀਆਂ ਨੇ ਕਿਉਂਕਿ ਭਾਜੀ ਤੁਰਨਾ ਬਹੁਤ ਪੈਂਦਾ ਹੁੰਦਾ ਵਿਚਾਰੀਆਂ ਨੂੰ ਥੱਲੇ ਘਰ ਹੁੰਦੇ ਨੇ ਅਸੀਂ ਮਾਲ ਰੋਡ 'ਤੇ ਆਏ ਸੀ ਦੇਖਣ ਹੋਟਲ ਪਰ ਸਾਨੂੰ ਪਸੰਦ ਨਹੀਂ ਆਇਆ ਹੁਣ ਚੇਂਜ ਕਰਕੇ ਕੋਈ ਹੋਰ ਦੇਖਣ ਚੱਲੇ ਹਾਂ ਆ ਉਹਨਾਂ ਨੇ ਇੱਕ ਹੋਰ ਰੂਮ ਦਿਖਾਇਆ ਸਾਨੂੰ ਇਹ ਥੋੜ੍ਹਾ ਵੱਡਾ ਵਾ ਅਤੇ ਲੋਕੇਸ਼ਨ ਗੁੱਡ ਆ ਦੇਖਦੇ ਹਾਂ ਪ੍ਰਾਈਸ ਕੀ ਲੱਗਦਾ ਜੇ ਗੁੱਡ ਪ੍ਰਾਈਸ ਹੋਇਆ ਤਾਂ ਲਵਾਂਗੇ ਜ਼ਰੂਰ ਮਿਰਰ ਵੱਡਾ ਲਾਇਆ ਦੈਟਸ ਮਾਈ ਕਾਇੰਡ ਆਫ ਚੋਇਸ ਗਾਇਸ ਹਮ ਜਿਸ ਹੋਟਲ ਮੈਂ ਰੁਕੇ ਆਪ ਤੋ ਇਸ ਹੋਟਲ ਮੈਂ ਪਹਿਲੇ ਤੋਂ ਬਹੁਤ ਅੱਛੀ ਚੀਜ਼ ਹੈ ਇਨਕੇ ਵਾਈਫਾਈ ਕੀ ਸਪੀਡ ਅੱਛੀ ਹੈ ਤੋ ਬਹੁਤ ਅੱਛੀ ਬਹੁਤ ਜ਼ਿਆਦਾ ਜਲਦੀ ਆਪਕੋ ਵਲੌਗ ਮਿਲੇਂਗੇ ਠੀਕ ਹੈ ਥੈਂਕ ਯੂ ਪਹਿਲੇ ਤੋਂ ਆਪਕਾ ਜੀ ਜਨਾਬ ਸ਼ੁਕਰੀਆ ਆਪਕਾ ਇਹਨੇ ਬਹੁਤ ਅੱਛੇ ਪ੍ਰਾਈਸ ਪੇ ਹਮਕੋ ਹੋਟਲ ਦੇ ਦਿਆ ਔਰ ਹੋਟਲ ਮਾਲ ਰੋਡ ਪੇ ਹੀ ਹੈ ਬਿਲਕੁਲ ਜਾਂ ਲਿਫਟ ਨੀਚੇ ਸ਼ੁਰੂ ਹੋਤੀ ਹੈ ਉਸਕੇ ਪਾਸ ਹੀ ਹੈ ਲਿਫਟ ਕੇ ਪਾਸ ਔਰ ਸਾਹਮਣੇ ਪਾਰਕਿੰਗ ਬਾ ਕਮਾਲ ਹੈ ਇਹ ਦੇਖੋ ਪੈਸੇ ਪਹਿਲੇ ਲੈ ਰਹੇ ਅੰਕਲ ਗਲਤ ਕਰ ਰਹੇ ਹੋ ਨਹੀਂ ਨਹੀਂ ਮੈਂ ਕਿਹਾ ਚਲੋ ਜਿਹੜਾ ਭਾਰ ਮੁੱਕਦਾ ਮੁੱਕ ਜੇ ਫਿਰ ਬੰਦੇ ਨੂੰ ਪਤਾ ਲੱਗ ਜਾਣਾ ਜੇਬ 'ਚ ਕਿੰਨਾ ਕੁ ਪੈਸਾ ਰਹਿ ਗਿਆ ਬਾਈ ਦੋ ਅਗਰ ਕਿਸੇ ਕੋ ਇਹ ਮੇਰਾ ਟ੍ਰਿਪ ਵਾਲੀ ਤੇ ਟੈਨਸ਼ਨ ਲੈਣੀ ਨਹੀਂ ਨਾ ਪੈਸੇ ਪੂਸੇ ਬਾਰੇ ਬਿਲੋ ਸੋਚੇ ਦੁਨੀਆ ਬਟਾਲੇ ਵਾਲਾ ਪੈਦਾ ਹੋਇਆ ਛਾਉਣ ਵਾਸਤੇ ਡਿਕਲਾਈਨ ਹੋ ਗਿਆ ਪੈਸਾ ਹੈਗਾ ਇੰਨਾ ਵੀ ਨਾ ਡਰਾਓ ਅੰਕਲ ਇੰਨਾ ਗਲਤ ਲੱਗ ਗਿਆ ਹੁਣ ਤੁਸੀਂ ਪੈਸੇ ਦੀ ਫਿਕਰ ਪਾ ਨਹੀਂ ਭਾਜੀ ਹੁਣ ਪੈਸੇ ਬਾਰੇ ਸੋਚਣਾ ਪੈ ਰਿਹਾ ਆ ਬੱਬੀ ਦਾ ਕਾਰਡ ਲੱਗਾ ਅਭੀ ਜੇ ਕਿਤੇ ਵੀ ਡਿਕਲਾਈਨ ਹੋ ਗਿਆ ਨਾ ਜੇ ਹੁਣ ਅਭੀ ਦਾ ਕਾਰਡ ਵੀ ਡਿਕਲਾਈਨ ਫਿਰ ਇਹਨਾਂ ਦਾ ਕੰਮ ਖਰਾਬ ਹੋ ਗਿਆ ਮਸ਼ੀਨ 'ਚ ਖਰਾਬੀ ਹੈ ਨਹੀਂ ਉਹ ਆ ਗਏ ਇਹ ਤਾਂ ਮੇਰੀ ਬੇਇੱਜ਼ਤੀ ਹੋ ਗਈ ਫਿਰ ਚੱਲ ਉੱਤੇ ਕਢਾ ਕੇ ਆਉਣਾ ਪਹਿਲੇ ਤਾਂ ਇਹਨਾਂ ਨੂੰ ਮੈਸੇਜ ਚੈਕਿੰਗ ਫਾਰਮ ਭਰਵਾਇਆ ਇਹ ਦੂਸਰਾ ਫਾਰਮ ਹੈ ਕੋਵਿਡ ਕੇ ਬਾਰੇ ਮੈਂ ਕਿ ਅਗਰ ਇਹ ਸੈਲਫ ਡੈਕਲੇਰੇਸ਼ਨ ਫਾਰਮ ਹੈ ਕਿ ਇਸਮੇ ਲਿਖਾ ਹੋਗਾ ਅਗਰ ਆਪਕੋ ਕੋਈ ਕੋਵਿਡ ਕੇ ਸਿਮਟਮ ਹੈ ਤਾਂ ਪਹਿਲੇ ਇਸਮੇ ਫਿਲ ਕਰ ਦਿਓ ਅਭੀ ਸੇ ਬਾਹਰ ਫੈਂਕ ਦੇਂਗੇ ਅੰਦਰ ਨਹੀਂ ਲੈ ਕੇ ਆਉਣਾ ਇਹ ਦੇਖੋ ਯਹਾਂ ਪਹਿਲਾਂ ਲਿਖਾ ਹੋਗਾ ਇੱਕ ਪਹਿਲਾਂ ਫੀਵਰ ਨੋ ਡਰਾਈ ਕਫ ਨੋ ਡਿਫੀਕਲਟੀ ਬਰੀਥਿੰਗ ਨੋ ਪੇਨ ਪ੍ਰੈਸ਼ਰ ਇਨ ਚੈਸਟ ਨੋ ਬੋਡੀ ਐਸ਼ਸ ਨੋ ਇਹ ਕਿ ਭਾਜੀ ਰਨਿੰਗ ਤੱਕ ਤਾਂ ਨੱਕ ਤੇ ਨਹੀਂ ਹੋ ਜਾਂਦੀ ਨੋ ਅਤੇ ਸੋਰ ਥਰੋਟ ਤਾਂ ਨਹੀਂ ਭਾਜੀ ਤੁਹਾਡੀ ਨੋ ਭਾਜੀ ਲੂਜ਼ ਪ੍ਰਮੋਸ਼ਨ ਤਾਂ ਨਹੀਂ ਲੱਗੀ ਡਾਇਰੀਆ ਟੈਂਪਰੇਚਰ ਦਾ ਅਗਲਾ ਦੇਖੋ ਟੈਂਪਰੇਚਰ ਸਾਡਾ ਭਾਜੀ 98.7 ਓਕੇ ਰਿਪੋਰਟ ਮੰਨਿਆ ਅਸੀਂ ਹੌਟ ਹਾਂ ਪਰ ਟੈਂਪਰੇਚਰ ਸਾਡਾ ਓਕੇ ਆ ਸਿੰਸ ਯੂ ਆਰ ਨਹੀਂ ਭਾਜੀ ਬਸ ਖਤਮ ਨਾ ਇੱਥੇ ਸਿਗਨੇਚਰ ਕਦੀ ਮੈਂ ਆਪਣੇ ਸਿਗਨੇਚਰ ਪੂਰੇ ਨਹੀਂ ਕਰਦਾ ਇੱਥੇ ਤਾਂ ਮੇਰੇ ਬੈਂਕ 'ਚੋਂ ਪੈਸੇ ਕਢਾ ਲੈਣ ਅੱਗੇ ਪੇਮੈਂਟ ਡਿਕਲਾਈਨ ਹੋ ਗਈ ਮੈਂ ਤਾਂ ਟੈਂਸ਼ਨ ਪੈ ਗਈ